ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ ਕੜੇ ਦੀ। ਜੀ ਹਾਂ, ਗੁਰੂ ਸਾਹਿਬ ਨੇ ਕੜਾ ਪੰਜ ਕਕਾਰਾਂ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਸੀ? ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਉਸ ਵੇਲੇ ਉਹਨਾਂ ਨੇ ਅੰਮ੍ਰਿਤ ਦਾ ਦਾਨ ਬਖਸ਼ਿਆ ਸੀ ਸਿੱਖਾਂ ਨੂੰ, ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਵੀ ਬਾਹਰ ਕੱਢਿਆ ਸੀ, ਅਤੇ ਉਸ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ 'ਤੇ ਭਰੋਸਾ ਰੱਖਣ ਲਈ ਕਿਹਾ ਸੀ। ਇੱਕ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਪ੍ਰੀਖਿਆ ਲੈਣੀ ਚਾਹੀ। ਉਹ ਜਾਣਨਾ ਚਾਹੁੰਦੇ ਸੀ ਕਿ ਮੇਰੇ ਸਿੱਖ ਗੁਰਮਤਿ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਨੇ, ਕਿਤੇ ਉਹ ਅੱਜ ਵੀ ਵਹਿਮਾਂ ਭਰਮਾਂ ਵਿੱਚ ਤਾਂ ਨਹੀਂ ਤੁਰੇ ਫਿਰਦੇ। ਇਸ ਲਈ ਗੁਰੂ ਸਾਹਿਬ ਨੇ ਉਹਨਾਂ ਦੀ ਪ੍ਰੀਖਿਆ ਲੈਣੀ ਚਾਹੀ, ਅਤੇ ਗੁਰੂ ਸਾਹਿਬ ਨੇ ਵੇਦਵੇ, ਜੋ ਕਿ ਉਹ ਬ੍ਰਾਹਮਣ ਨੇ ਜੋ ਸ਼ਨੀ ਦਾ ਦਾਨ ਲੈਂਦੇ ਨੇ, ਉਹਨਾਂ ਨੂੰ ਬੁਲਾਇਆ, ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਉਂਦੇ ਸ਼ਨੀਵਾਰ ਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਇਓ ਅਤੇ ਸ਼ਨੀ ਦਾ ਦਾਨ ਲੈ ਕੇ ਜਾਇਓ। ਵੇਦਵਾ ਇਹ ਗੱਲ ਸੁਣ ਕੇ ਬੜੀ ਖੁਸ਼ ਹੋਇਆ। ਉਸਨੇ ਸੋਚਿਆ ਕਿ ਗੁਰੂ ਸਾਹਿਬ ਨੇ ਬੁਲਾਇਆ ਹੈ ਦਰਬਾਰ ਦੇ ਵਿੱਚ, ਤਾਂ ਚੰਗਾ ਚੋਖਾ ਦਾਨ ਜਿਹੜਾ ਹੈ ਕੀਤਾ ਜਾਵੇਗਾ ਗੁਰੂ ਸਾਹਿਬ ਦੇ ਵੱਲੋਂ। ਇਹ ਸੋਚਦੇ ਹੋਏ ਜਦੋਂ ਸ਼ਨੀਵਾਰ ਦਾ ਦਿਨ ਆਉਂਦਾ ਹੈ ਤਾਂ ਉਹ ਸਵੇਰੇ ਹੀ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਖੋਤੇ ਲੈ ਕੇ ਹਾਜ਼ਰ ਹੋ ਜਾਂਦਾ ਹੈ, ਕਿਉਂਕਿ ਉਸਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਗੁਰੂ ਘਰ ਤੋਂ ਤਾਂ ਚੰਗਾ ਚੋਖਾ ਜਿਹੜਾ ਹੈ ਅੱਜ ਮੈਨੂੰ ਦਾਨ ਮਿਲਣ ਵਾਲਾ ਹੈ। ਵੇਦਵੇ ਨੂੰ ਦੇਖ ਕੇ ਗੁਰੂ ਸਾਹਿਬ ਨੇ ਪਰੇ ਦਰਬਾਰ ਦੇ ਵਿੱਚ ਕਿਹਾ ਕਿ ਭਾਈ ਗੁਰਸਿੱਖੋ, ਵੇਦਵੇ ਨੂੰ ਸ਼ਨੀ ਦਾ ਦਾਨ ਦਿਓ। ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕਰਦੇ ਹੋਏ ਸਿੱਖਾਂ ਨੇ ਭਰ ਭਰ ਕੇ ਸ਼ਨੀ ਦਾ ਦਾਨ ਦਿੱਤਾ, ਤਾਂ ਇਹ ਵੇਖ ਕੇ ਵੇਦਵਾ ਬੜਾ ਖੁਸ਼ ਹੋਇਆ। ਦੀਵਾਨ ਜੀ ਨੇ ਉਸ ਵੇਲੇ ਦੀਵਾਨ ਸੀ, ਜੋ ਸਾਰੇ ਦੀਵਾਨ ਦਾ ਕਾਰੋਬਾਰ ਜਿਹੜਾ ਇਹ ਸਾਂਭਦੇ ਸੀ, ਉਹਨਾਂ ਨੇ ਗੁਰੂ ਸਾਹਿਬ ਦੀ ਆਗਿਆ ਲਈ ਅਤੇ ਸਾਰਾ ਦਾਨ ਜੋ ਹੈ ਉਹ ਉਸਦੇ ਖੋਤਿਆਂ ਦੇ ਉੱਤੇ ਲਦਵਾ ਦਿੱਤਾ। ਦਾਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦਾਨ ਦੇ ਵਿੱਚ ਸਿੱਖਾਂ ਨੇ ਮਾਂ ਦੀ ਦਾਲ, ਸਰੋਂ ਦਾ ਤੇਲ ਅਤੇ ਬਹੁਤ ਸਾਰਾ ਲੋਹਾ ਜਿਹੜਾ ਹੈ ਦਾਨ ਕੀਤਾ ਸੀ। ਹੁਣ ਦਰਬਾਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ। ਦੂਰ ਦੁਰਾਡੇ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਸਿੱਖ ਆਏ ਹੋਏ ਸੀ। ਉਹਨਾਂ ਸਭ ਨੇ ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਦਾਨ ਕਰ ਦਿੱਤਾ, ਪਰ ਦੀਵਾਨ ਦੇ ਵਿੱਚ ਕੁਝ ਸਿੱਖ ਅਜਿਹੇ ਸਨ, ਕੁਝ ਸਿੰਘ ਅਜਿਹੇ ਵੀ ਸਨ ਜੋ ਕਿ ਗੁਰੂ ਸਾਹਿਬ ਦੀ ਇਸ ਖੇਡ ਨੂੰ ਸਮਝ ਗਏ ਸੀ। ਜਿਵੇਂ ਹੀ ਵੇਦਵਾ ਸਾਰਾ ਦਾਨ ਲੈ ਕੇ ਦਰਬਾਰ 'ਚੋਂ ਜਾਂਦਾ ਹੈ, ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਹੌਲੀ ਹੌਲੀ ਦਰਬਾਰ 'ਚੋਂ ਖਿਸਕ ਜਾਂਦੇ ਨੇ ਅਤੇ ਉਸ ਵੇਦਵੇ ਦਾ ਪਿੱਛਾ ਕਰਦੇ ਨੇ। ਇੱਕ ਖੇਤਾਂ ਦੇ ਵਿੱਚ ਜਾ ਕੇ ਉਸ ਵੇਦਵੇ ਨੂੰ ਰੋਕ ਲੈਂਦੇ ਨੇ, ਕਹਿੰਦੇ ਨੇ ਬ੍ਰਾਹਮਣ ਜੀ ਰੁਕੋ ਜ਼ਰਾ। ਬ੍ਰਾਹਮਣ ਉਹਨਾਂ ਦੀ ਗੱਲ ਸੁਣ ਕੇ ਰੁਕ ਜਾਂਦਾ ਹੈ ਅਤੇ ਬ੍ਰਾਹਮਣ ਕਹਿੰਦੇ ਨੇ ਕਿ ਦੱਸੋ ਸਿੰਘ ਜੀ, ਤੁਸੀਂ ਸਾਨੂੰ ਰੋਕਿਆ ਕਿਉਂ ਹੈ? ਤਾਂ ਉਸ ਵੇਲੇ ਸਿੰਘ ਜਿਹੜੇ ਹੈ ਉਹ ਪੁੱਛਦੇ ਨੇ ਕਿ ਬ੍ਰਾਹਮਣ ਜੀ, ਇਸ ਦਾਨ ਦਾ ਤੁਸੀਂ ਕੀ ਕਰੋਗੇ? ਤਾਂ ਉਹ ਬ੍ਰਾਹਮਣ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਸ਼ਨੀ ਦੀ ਕਰੋਪੀ ਤੋਂ ਬਚਣ ਦੇ ਲਈ ਇਹ ਦਾਨ ਕੀਤਾ ਹੈ, ਇਸ ਲਈ ਅਸੀਂ ਇਹ ਦਾਨ ਸ਼ਨੀ ਦੇਵਤਾ ਨੂੰ ਦਾਨ ਕਰਾਂਗੇ। ਤਾਂ ਬ੍ਰਾਹਮਣ ਫਿਰ ਪੁੱਛਦੇ ਨੇ, ਪਰ ਫਿਰ ਵੀ ਤੁਸੀਂ ਇਸ ਸਾਰੇ ਦਾਨ ਦਾ ਕਰੋਗੇ ਕੀ? ਤਾਂ ਬ੍ਰਾਹਮਣ ਦੱਸਦੇ ਨੇ ਕਿ ਦੇਖੋ ਜੀ,
ਇਸ ਦਾਨ ਨੂੰ ਜਿਹੜਾ ਹੈ ਗੁਰੂ ਸਾਹਿਬ ਨੇ ਦਾਨ ਕੀਤਾ ਹੈ ਤਾਂ ਕਿ ਉਸਦੀ ਕਰੋਪੀ ਤੋਂ ਅਸੀਂ ਬਚ ਸਕੀਏ ਅਤੇ ਇਸ ਸਾਰੇ ਦਾਨ ਨੂੰ ਹੁਣ ਬ੍ਰਾਹਮਣ ਜਿਹੜੇ ਨੇ ਉਹੀ ਹਜ਼ਮ ਕਰ ਸਕਦੇ ਨੇ। ਇਸ ਲਈ ਅਸੀਂ ਆਪਣੇ ਡੇਰੇ 'ਤੇ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਇਹ ਸਾਰੇ ਦਾਨ ਨੂੰ, ਅਤੇ ਉੱਥੇ ਅਸੀਂ ਇਸਦਾ ਲੰਗਰ ਪਾਣੀ ਜਿਹੜਾ ਹੈ ਬਣਾਵਾਂਗੇ ਅਤੇ ਉਸਨੂੰ ਅਸੀਂ ਸਾਰੇ ਬ੍ਰਾਹਮਣ ਰਲ ਮਿਲ ਕੇ ਛਕਾਂਗੇ। ਇਹ ਗੱਲ ਸੁਣਦੇ ਸਾਰ ਹੀ ਜਿਹੜੇ ਸਿੰਘ ਨੇ ਉਹ ਉਸ ਬ੍ਰਾਹਮਣ ਨੂੰ ਬੇਨਤੀ ਕਰਦੇ ਨੇ ਕਿ ਕਿਰਪਾ ਕਰਕੇ ਤੁਸੀਂ ਸਾਨੂੰ ਇਹ ਸਾਰਾ ਦਾਨ ਜਿਹੜਾ ਹੈ ਵਾਪਸ ਕਰ ਦਿਓ ਅਤੇ ਅਸੀਂ ਇਸਨੂੰ ਆਪ ਹੀ ਹਜ਼ਮ ਕਰ ਲਵਾਂਗੇ। ਬ੍ਰਾਹਮਣ ਜੀ ਉਹਨਾਂ ਦੀ ਇਹ ਬੇਨਤੀ ਜਿਹੜੀ ਹੈ ਸਵੀਕਾਰ ਕਰ ਲੈਂਦੇ ਨੇ ਅਤੇ ਉਹ ਸਾਰਾ ਦਾਨ ਜਿਹੜਾ ਹੈ ਸਿੰਘਾਂ ਨੂੰ ਵਾਪਸ ਦੇ ਦਿੰਦੇ ਨੇ। ਸਿੰਘ ਉਹ ਸਾਰਾ ਦਾਨ ਜਿਹੜਾ ਹੈ ਵਾਪਸ ਲੈ ਕੇ ਆਉਂਦੇ ਨੇ ਲੰਗਰ ਹਾਲ ਦੇ ਵਿੱਚ, ਅਤੇ ਜਿਹੜੀ ਦਾਲ ਹੁੰਦੀ ਹੈ ਉਸ ਨੂੰ ਉਹ ਰਿੰਨ ਲੈਂਦੇ ਨੇ, ਪਕਾ ਲੈਂਦੇ ਨੇ, ਅਤੇ ਜਿਹੜਾ ਤੇਲ ਹੁੰਦਾ ਹੈ ਉਸਦੇ ਵਿੱਚ ਵੜੀਆਂ ਜਿਹੜੀਆਂ ਹੈ ਵੜੇ ਜਿਹੜੇ ਨੇ ਉਹ ਤਲੇ ਜਾਂਦੇ ਨੇ, ਅਤੇ ਜਿਹੜਾ ਲੋਹਾ ਹੁੰਦਾ ਹੈ ਉਸਦੇ ਸਾਰੇ ਸਿੰਘ ਲੋਹੇ ਦੇ ਕੜੇ ਬਣਾ ਕੇ ਆਪਣੇ ਹੱਥਾਂ ਦੇ ਵਿੱਚ ਪਾ ਦਿੰਦੇ ਨੇ। ਜਦੋਂ ਦਰਬਾਰ ਦੇ ਵਿੱਚ ਗੁਰੂ ਸਾਹਿਬ ਇਹ ਦੇਖਦੇ ਨੇ ਕਿ ਸਾਰੇ ਸਿੰਘਾਂ ਦੇ ਹੱਥਾਂ ਦੇ ਵਿੱਚ ਲੋਹੇ ਦੇ ਕੜੇ ਨੇ ਤਾਂ ਗੁਰੂ ਸਾਹਿਬ ਇਸ ਦਾ ਕਾਰਨ ਪੁੱਛਦੇ ਨੇ, ਅਤੇ ਜਿਹੜੀ ਸਾਰੀ ਵਾਰਤਾ ਹੁੰਦੀ ਹੈ ਸਿੰਘਾਂ ਵੱਲੋਂ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀ ਜਾਂਦੀ ਹੈ, ਸੁਣਾ ਦਿੱਤੀ ਜਾਂਦੀ ਹੈ। ਗੁਰੂ ਸਾਹਿਬ ਇਹ ਸੁਣ ਕੇ ਬੜੇ ਹੀ ਪ੍ਰਸੰਨ ਹੁੰਦੇ ਨੇ ਅਤੇ ਕਹਿੰਦੇ ਨੇ ਕਿ ਮੈਨੂੰ ਆਪਣੇ ਸਿੰਘਾਂ 'ਤੇ ਵਿਸ਼ਵਾਸ ਸੀ। ਗੁਰੂ ਸਾਹਿਬ ਨੂੰ ਇਹ ਸੁਣ ਕੇ ਬੜੀ ਹੀ ਖੁਸ਼ੀ ਹੁੰਦੀ ਹੈ ਕਿ ਮੇਰੇ ਸਿੰਘ ਜਿਹੜੇ ਨੇ ਉਹ ਵਹਿਮਾਂ ਭਰਮਾਂ ਵਿੱਚ ਨਹੀਂ ਪਏ ਹੋਏ। ਅਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਲੋਹੇ ਦਾ ਕੜਾ, ਸਰਬ ਲੋਹੇ ਦਾ ਕੜਾ ਜਿਹੜਾ ਹੈ ਉਹਨਾਂ ਨੂੰ ਪੰਜ ਕਕਾਰਾਂ ਦੇ ਵਿੱਚ ਸ਼ਾਮਿਲ ਕੀਤਾ, ਅਤੇ ਫਿਰ ਉਹ ਜਿਹੜੀ ਦਾਲ ਸੀ ਬਣਾਈ ਗਈ ਸੀ ਮਾਂ ਦੀ ਉਹ ਪੂਰੇ ਲੰਗਰ ਦੇ ਵਿੱਚ ਜਿਹੜੀ ਹੈ ਵਰਤਾਈ ਗਈ, ਅਤੇ ਸਰੋਂ ਦੇ ਤੇਲ ਦੇ ਨਾਲ ਜਿਹੜੇ ਵੜੇ ਬਣਾਏ ਗਏ ਸੀ ਉਹ ਵੀ ਜਿਹੜੇ ਹੈ ਲੰਗਰ ਦੇ ਵਿੱਚ ਸਾਰਿਆਂ ਨੂੰ ਛਕਾਏ ਗਏ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਅਤੇ ਉਸ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਰੱਖਣ ਲਈ ਕਿਹਾ ਹੈ। ਸੋ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਸਾਖੀ ਤੁਹਾਨੂੰ ਪਸੰਦ ਆਈ ਹੋਏਗੀ। ਜੇਕਰ ਇਤਿਹਾਸ ਦੱਸਣ ਵੇਲੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। ਇਸ ਸਾਖੀ ਦੇ ਰਿਲੇਟਿਡ ਤੁਸੀਂ ਕੁਝ ਜਾਣਦੇ ਹੋਵੋ ਤਾਂ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਤੇ ਅਜਿਹੀਆਂ ਹੋਰ ਸਾਖੀਆਂ ਦੇਖਣ ਦੇ ਲਈ ਜੁੜੇ ਰਹੋ ਸਿੱਖ ਯੂਨੀਵਰਸ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।